ਅਸਲਾਮ ਜੀ ਸ਼ਲਾਲ ਡੋਗਰ ਡੋਗਰ ਮੋਟਰ ਨਨਕਾਣਾ ਸਾਹਿਬ ਤੋਂ ਜੀ ਕੱਲ੍ਹ ਇਸ ਤਰ੍ਹਾਂ ਕਿ ਅੱਜ ਬੁੱਧ ਦਾ ਦਿਨ ਹੈ ਮਾਸ਼ਾਅੱਲਾ ਔਰ ਮੌਸਮ ਵੀ ਬੜਾ ਪਿਆਰਾ ਹੈ ਅਤੇ ਅਸੀਂ ਅੱਜ ਇਤਵਾਰ ਬੁੱਧ ਬਾਜ਼ਾਰ ਲਾਣ ਜਾ ਰਹੇ ਹਾਂ ਜੀ ਔਰ ਮਾਸ਼ਾਅੱਲਾ ਉੱਥੇ 400 ਗੱਡੀ ਕਮ ਅਜ਼ ਕਮ ਅਸੀਂ ਮੰਗਵਾ ਰਹੇ ਹਾਂ ਔਰ ਸਸਤੀਆਂ ਗੱਡੀਆਂ ਮੰਗਵਾ ਰਹੇ ਹਾਂ ਔਰ ਇਨਸ਼ਾਅੱਲਾ ਹਰ ਗੱਡੀ ਤੁਹਾਡੇ ਦਿਲ ਨੂੰ ਲੱਗੇਗੀ ਔਰ ਬੜੇ ਹੀ ਮੁਨਾਸਬ ਰੇਟ ਦੀਆਂ ਗੱਡੀਆਂ ਮੰਗਵਾ ਰਹੇ ਹਾਂ ਸਾਰੇ ਭਾਈ ਪਹੁੰਚੋ ਡੋਗਰ ਮੋਟਰ 'ਤੇ ਔਰ ਆ ਕੇ ਨਾਲੇ ਸਾਡੀ ਆਪਸ਼ਨ ਨੂੰ ਇੰਜੋਏ ਕਰੋ ਔਰ ਨਾਲੇ ਗੱਡੀਆਂ ਵਾਰਦੀਆਂ ਲਵੋ ਜਿਤਨੇ ਇਨਵੈਸਟਰ ਭਾਈ ਨੇ ਸਾਰਿਆਂ ਨੂੰ ਮੈਂ ਦਾਅਵਾ ਦਿੰਦਾ ਕਿ ਸਾਰੇ ਡੋਗਰ ਮੋਟਰ 'ਤੇ ਆਓ ਔਰ ਸਸਤੀ ਗੱਡੀ ਲੈ ਕੇ ਜਾਓ ਇਨਸ਼ਾਅੱਲਾ ਤੁਹਾਨੂੰ ਇੱਥੇ ਮੁਨਾਸਬ ਰੇਟ ਦੀਆਂ ਗੱਡੀਆਂ ਲੈ ਕੇ ਦਿਆਂਗੇ ਔਰ ਇੱਕ ਗੱਲ ਮੈਂ ਵਾਅਦਾ ਕਰਨੀ ਚਾਹੁੰਦਾ ਕਿ ਜਿਹੜੀ ਸਭ ਤੋਂ ਜ਼ਰੂਰੀ ਹੈ ਕਿ ਮੇਰੀ ਕਮਿਸ਼ਨ 'ਤੇ ਕੋਈ ਬਹਿਸ ਨਾ ਕਰਿਆ ਕਰੋ ਤੁਸੀਂ ਮੇਰੇ ਭਾਈ ਹੋ ਮੈਂ ਤੁਹਾਡੇ ਨਾਲ ਹੀ ਚੱਲਣਾ ਲੇਕਿਨ 11,000 ਰੁਪਇਆ ਮੈਂ ਕਮਿਸ਼ਨ ਲੈਂਦਾ ਉਹਦੇ 'ਚ ਤੁਸੀਂ ਕਹੋ ਨਾ ਕਿ 10,000 ਰੁਪਇਆ ਵੀ ਲੈ ਲਵਾਂ ਤਾਂ ਉਹ ਗੱਲ ਕੋਈ ਨਹੀਂ ਕਈ ਐਸੇ ਦੋਸਤ ਨੇ ਕੋਈ ਕਹਿੰਦਾ ਮੈਂ ਕਮਿਸ਼ਨ ਨਹੀਂ ਦੇਣੀ ਕੋਈ ਕਹਿੰਦਾ ਡੋਗਰ ਸਾਹਿਬ ਮੈਂ ਅੱਧੀ ਦੇਣੀ ਹੈ ਦੇਖੋ 11,000 ਰੁਪਇਆ ਚੁੱਕੇ ਜੋ ਕਮਿਸ਼ਨ ਨੇ ਇਹ ਕੋਈ ਕਮਿਸ਼ਨ ਤਾਂ ਨਹੀਂ ਆਇਆ ਲੋਕ ਇੱਥੇ 2% ਲੈ ਰਹੇ ਨੇ ਦਿਹਾੜੀਆਂ ਵੱਖਰੀਆਂ ਲਾਉਂਦੇ ਨੇ ਗੱਡੀਆਂ ਦੇ ਵਿੱਚੋਂ ਉਹ ਲੋਕ ਕਮਿਸ਼ਨ ਛੱਡਦੇ ਨੇ ਮੈਂ ਅੱਜ ਤੁਹਾਨੂੰ ਦੱਸ ਦਿਆਂ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਜਿਹੜੇ ਲੋਕ ਵਿੱਚੋਂ ਟਾਪ ਲਾ ਜਾਂਦੇ ਨੇ 1,00,000 ਰੁਪਇਆ 2,00,000 ਰੁਪਏ ਦੀ ਦਿਹਾੜੀ ਲਾ ਜਾਂਦੇ ਨੇ ਗੱਡੀ ਦੇ ਵਿੱਚੋਂ ਉਹਨਾਂ ਨੂੰ 10-20,000 ਰੁਪਇਆ ਜਿਹੜਾ ਨਾ ਉਹ ਮੈਂ ਨਹੀਂ ਰੱਖਦਾ ਉਹ ਜਿਹੜਾ ਨਾਲ ਡੀਲਰ ਵੀ ਆਇਆ ਹੁੰਦਾ ਉਹਨੂੰ ਵੀ 10-20,000 ਐਵੇਂ ਦੇ ਦਿੰਦੇ ਨੇ ਉਸ ਤੋਂ ਬਾਅਦ 10-20,000 ਰੁਪਇਆ ਐਵੇਂ ਛੱਡ ਵੀ ਦਿੰਦੇ ਨੇ ਸਾਨੂੰ ਉਹ ਕਵੇ ਨਾ 1,000 ਰੁਪਇਆ ਵੀ ਛੱਡ ਦਿਓ ਕਿ ਅਸੀਂ ਨਹੀਂ ਛੱਡਦੇ ਅਸੀਂ ਡੀਲ ਕੈਂਸਲ ਕਰ ਦਿੰਦੇ ਹਾਂ ਅਸੀਂ 1,000 ਰੁਪਇਆ ਨਹੀਂ ਛੱਡਦੇ 11,000 ਰੁਪਇਆ ਅਸੀਂ ਕਮਿਸ਼ਨ ਰੱਖੀਏ ਔਰ 11,000 'ਚੋਂ ਇੱਕ ਆਖੋ ਨਾ ਕਿ 100 ਰੁਪਇਆ ਵੀ ਘੱਟ ਹੋ ਜਾਏ ਉਹ ਨਹੀਂ ਹੋ ਸਕਦਾ ਨਾ ਉਹ ਅਸੀਂ ਕਰਨੇ ਹਾਂ ਨਾ ਸਾਨੂੰ ਕਿਹਾ ਕਰੋ ਨਾ ਮਜਬੂਰ ਕਰਿਆ ਕਰੋ ਤੁਹਾਡੀ ਮਿਹਰਬਾਨੀ ਇੱਕ ਦੂਸਰੇ ਨੰਬਰ 'ਤੇ ਸਾਡੇ ਕੋਲ ਉਧਾਰ ਗੱਡੀ ਨਾਲ ਲੈਣ ਆਇਆ ਕਰੋ ਅਸੀਂ ਉਧਾਰ ਗੱਡੀ ਨਹੀਂ ਵੇਚਦੇ ਅਸੀਂ ਕੈਸ਼ ਦਾ ਕੰਮ ਕਰਨੇ ਹਾਂ ਮੌਕੇ ਦੇ ਉੱਤੇ ਕਾਗਜ਼ਾਤ ਕਲੀਅਰ ਕਰਕੇ ਗੱਡੀ ਦਿੰਦੇ ਹਾਂ ਨਾ ਸਾਡੇ ਕੋਲ ਗੱਡੀ ਲੈ ਕੇ ਆਇਆ ਕਰੋ ਜਿੱਦਾਂ ਬਾਇਓਮੈਟ੍ਰਿਕ ਦਾ ਮਸਲਾ ਹੋਵੇ ਜਿੱਦਾਂ ਕੋਈ ਹੋਰ ਮਸਲਾ ਹੋਵੇ ਤੁਹਾਡੀ ਮਿਹਰਬਾਨੀ ਤੁਸੀਂ ਮੇਰੇ ਭਾਈ ਹੋ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਕਿ ਉਧਾਰ ਗੱਡੀ ਚਾਹੀਦੀ ਹੈ ਮੇਰੇ ਅੰਦਰ ਕੋਈ ਵਰ ਕੇ ਵੇਚਦਾ ਮੈਂ ਉਧਾਰ ਗੱਡੀ ਵੇਚਦਾ ਹੀ ਨਾ ਮੈਂ ਕਿਸ਼ਤ ਵਾਲੀ ਗੱਡੀ ਵੇਚਦਾ ਨਾ ਮੈਂ ਕਮਿਸ਼ਨ 'ਤੇ ਕੰਪਰੋਮਾਈਜ਼ ਕਰਨਾ ਕਈ ਐਸੇ ਦੋਸਤ ਨੇ ਉਹ ਆ ਕੇ ਕਹਿਣਗੇ ਜੀ ਉਹ ਮੈਂ ਡੀਲਰ ਆਇਆ ਨਾਲ ਜੀ ਮੇਰੇ ਨਾਲ ਡੀਲਰ ਹੈ ਮੈਂ ਉਹਨੂੰ ਦੇਣੀ ਹੈ ਕਮਿਸ਼ਨ 'ਤੇ ਕੋਈ ਕੰਪਰੋਮਾਈਜ਼ ਨਹੀਂ 11,000 ਰੁਪਇਆ ਕਮਿਸ਼ਨ ਹੈ ਚੁੱਕੇ ਜ਼ਿੰਮੇਵਾਰੀ ਵੇਖੋ ਕਿੱਡੀ ਵੱਡੀ ਹੈ ਕਿ ਐਡੀ ਵੱਡੀ ਜ਼ਿੰਮੇਵਾਰੀ ਹੈ ਇੱਕ ਗੱਡੀ ਨੂੰ ਅਸੀਂ ਵੇਚਦੇ ਹਾਂ ਫਿਰ ਉਹਨੂੰ ਕਲੀਅਰ ਕਰਨ ਤੱਕ ਬੜੀ ਸਿਰਦਰਦੀ ਹੁੰਦੀ ਹੈ ਵੀ ਇੱਕ ਕੋਈ ਵੀ ਗੱਡੀ ਇਨਵਾਈਸ ਤੋਂ ਲੈ ਕੇ ਅਸੀਂ ਆਖਰੀ ਮਾਲਕ ਤੱਕ ਗੱਡੀ ਚੈੱਕ ਕਰਕੇ ਤਸੱਲੀ ਕਰਕੇ ਦੇਣੀ ਹੁੰਦੀ ਔਰ ਤੁਹਾਡੇ ਨਾਮ ਕਰਵਾ ਕੇ ਦੇਣੀ ਹੁੰਦੀ ਬਾਇਓਮੈਟ੍ਰਿਕ ਤੱਕ ਸਾਡੀ ਜ਼ਿੰਮੇਵਾਰੀ ਔਰ ਇੱਕ ਬਾਇਓਮੈਟ੍ਰਿਕ ਕਰਵਾਉਣਾ ਸਭ ਤੋਂ ਵੱਡਾ ਕੰਮ ਬਾਕੀ ਦੇ ਕੰਮ ਜਿਹੜੇ ਇਕੱਲਾ ਨੇ ਅੱਜ ਕੱਲ੍ਹ ਦੇ ਜਿਹੜੇ ਹਾਲਾਤ ਬਣੇ ਨੇ ਬਾਇਓਮੈਟ੍ਰਿਕ ਦਾ ਬੜਾ ਔਖਾ ਕੰਮ ਤੁਹਾਡੀ ਮਿਹਰਬਾਨੀ ਬਹੁਤ ਮੁਸ਼ਕਿਲ ਕੰਮ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਅਤੇ 11,000 ਰੁਪਇਆ ਕੋਈ ਕਮਿਸ਼ਨ ਨਹੀਂ ਹੈਗੀ ਜਿਹਦੇ 'ਤੇ ਤੁਸੀਂ ਸਾਡੇ ਨਾਲ ਬਹਿਸ ਕਰਦੇ ਹੋ ਤੁਹਾਡੀ ਮਿਹਰਬਾਨੀ ਸਾਡੇ ਨਾਲ ਬਹਿਸ ਨਾ ਕਰਿਆ ਕਰੋ ਤੁਸੀਂ ਪਰ ਤੁਹਾਨੂੰ ਪਤਾ ਕਿ ਮੈਂ ਕਦੀ 2 ਨੰਬਰੀ ਨਹੀਂ ਕੀਤੀ ਨਾ ਮੇਰੇ ਕੋਲ 2 ਨੰਬਰੀ ਹੁੰਦੀ ਹੈ ਅਤੇ ਨਾ ਮੈਨੂੰ 2 ਨੰਬਰੀ ਵਾਲੇ ਪਾਸੇ ਲਾਓ ਇਹ ਤੁਹਾਡੀ ਮਿਹਰਬਾਨੀ ਜੇ ਤੁਸੀਂ ਮੈਨੂੰ ਕਮਿਸ਼ਨ ਨਹੀਂ ਦੇਣੀ ਤਾਂ ਸਾਰੀ ਗੱਲ ਅਗਲੀ ਵਾਰੀ ਉਹਨਾਂ ਦਾ ਬੰਦੇ ਫਿਰ ਮੈਨੂੰ ਮਜਬੂਰ ਕਰਨਾ ਨਾ ਤੁਸੀਂ ਕਿਤੇ ਗੱਡੀ ਦੇ ਵਿੱਚ ਦਿਹਾੜੀ ਲਾਵਾਂ ਲੇਕਿਨ ਮੈਂ ਤੁਹਾਨੂੰ ਗੱਡੀ ਨਹੀਂ ਦਿਆਂਗਾ ਅਗਲੀ ਵਾਰੀ ਦਿਹਾੜੀ ਮੈਂ ਲਾਣੀ ਕੋਈ ਨਹੀਂ ਮੇਰੀ ਉਹ ਮੇਰਾ ਸੇਵਾ ਨਹੀਂ ਹੈਗਾ ਕਿ ਮੈਂ ਦਿਹਾੜੀਆਂ ਲਾਵਾਂ ਗੱਡੀਆਂ ਦੇ ਵਿੱਚੋਂ ਠੀਕ ਹੈ ਮੈਂ ਸਿਰਫ ਇੰਨਾ ਕਰਾਂਗਾ ਇੱਕ ਵਾਰੀ ਤੁਸੀਂ ਮੇਰੇ ਨਾਲ ਬਹਿਸ ਕਰੋ ਕਿ ਮੈਂ ਦੁਬਾਰਾ ਤੁਹਾਨੂੰ ਗੱਡੀ ਨਹੀਂ ਦਿਆਂਗਾ ਤੁਹਾਡੀ ਮਿਹਰਬਾਨੀ ਜਿਹਨੇ ਮੈਂ ਨਾਲ ਬਹਿਸ ਕਰਨੀ ਹੈ ਨਾ ਕਮਿਸ਼ਨ ਤੋਂ ਉਹ ਮੇਰੇ ਕੋਲ ਨਾ ਗੱਡੀ ਲੈਣ ਆਵੇ ਨਾ ਉਹਨੂੰ ਮੈਂ ਗੱਡੀ ਦੇਣੀ ਜੇ ਇੱਕ ਵਾਰੀ ਤੁਸੀਂ ਬਹਿਸ ਕਰਕੇ ਚਲੇ ਵੀ ਜਾਓਗੇ ਦੁਬਾਰਾ ਕਦੀ ਮੈਂ ਤੁਹਾਨੂੰ ਗੱਡੀ ਨਹੀਂ ਦਿਆਂਗਾ ਨਾ ਤੁਹਾਡੇ ਕੋਲ ਲਵਾਂਗਾ ਨਾ ਦੇਵਾਂਗਾ ਮੇਰੇ ਨਾਲ ਕਮਿਸ਼ਨ ਦੀ ਗੱਲ ਨਹੀਂ ਕਰਨੀ ਬਾਕੀ ਸਾਰੀਆਂ ਗੱਲਾਂ ਬਾਤਾਂ ਕਰੋ ਮੈਂ ਤੁਹਾਡੇ ਨਾਲ ਪਿਆਰ ਵੀ ਕਰਨਾ ਸਾਰਾ ਕੁਝ ਕਰਨਾ ਕਮਿਸ਼ਨ 'ਤੇ ਕੰਪਰੋਮਾਈਜ਼ ਕੋਈ ਨਹੀਂ ਹੈਗਾ ਤੁਹਾਡੀ ਮਿਹਰਬਾਨੀ ਮੈਂ ਬਾਰ ਬਾਰ ਕਹਿ ਰਿਹਾ ਕਮਿਸ਼ਨ ਦੀ ਮੇਰੀ ਦੀ ਗੱਲ ਨਾ ਕਰਿਆ ਕਰੋ ਕਿਉਂਕਿ ਮੈਂ ਹੱਕ ਲਾਉਂਦੀ ਕਰਕੇ ਆਪਣੇ ਬੱਚਿਆਂ ਨੂੰ ਖਵਾਉਣਾ ਔਰ ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਅਤੇ ਨਾ ਮੈਂ ਕਰਨਾ ਤੁਹਾਡੀ ਮਿਹਰਬਾਨੀ